ਸਚੇਕਾਲ ਜੀ ਸਾਰਾ ਤਾਂ ਜੀ ਜਨਰਲ ਡਾਇਰ ਤਾਂ ਜੀ ਕਿਸ ਨੂੰ ਨਹੀਂ ਪਨਾ ਪਤਾ ਇਹਦਾ ਪੰਜਾਬੀਆਂ ਨੂੰ ਤਾਂ ਖਾਸ ਕਰੇ ਨਾ ਮਤਲਬ ਜਿਹੜਾ ਪੰਜਾਬ ਦਾ ਇਤਿਹਾਸ ਰਿਹਾ ਹੈ ਇਹ ਜਨਾਨ ਨੇ ਪੂਰਾ ਪੰਜਾਬ ਦਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦਾ ਹਿੱਸੇ ਹਾਸ ਬਦਲਦਾ ਸੀ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਜਿਹੜੇ ਸਾਡੇ ਸੰਗਰੂਰ ਦੇ ਨਵੇਂ ਐਮਪੀ ਬਣੇ ਨੇ ਸਿਮਰਨਜੀਤ ਸਿੰਘ ਮਾਨ ਜੀ ਨੇ ਤਾਂ ਉਹਨਾਂ ਨੇ ਦੋ ਤਿੰਨ ਸਟੇਟਮੈਂਟਾਂ ਦਿੱਤੀਆਂ ਨੇ ਇੱਕ ਸਟੇਟਮੈਂਟ ਤੁਸੀਂ ਸਾਰਿਆਂ ਨੂੰ ਪਤਾ ਜਿਹੜੀ ਉਹਨਾਂ ਨੇ ਦਿੱਤੀ ਹੈ ਭਗਤ ਸਿੰਘ ਬਾਰੇ ਕਹਿੰਦੇ ਉਹ ਉਹ ਇੱਕ ਸ਼ਹੀਦ ਨਹੀਂ ਮੰਨਦੇ ਉਹਨੂੰ ਇੱਕ ਰਿਸਮਾਨਦ ਨੇ ਅਤਵਾਦੀ ਮੰਨਦੇ ਨੇ ਦੂਜਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਦੱਸਣ ਦੀ ਮਤਲਬ ਜੇ ਆਪਾਂ ਗੱਲਾਂ ਤੋਂ ਦੇਖੀਏ ਡਿਫੈਂਡ ਕਰ ਰਹੇ ਨੇ ਇਹਨਾਂ ਦੇ ਨਾਨੇ ਨੂੰ ਮਟਰਨਲ ਗ੍ਰੈਂਡਫਾਦਰ ਨੇ ਵੀ ਜਨਰਲ ਡਾਇਰ ਨੂੰ ਡਿਫੈਂਡ ਕਰ ਰਹੇ ਨੇ ਜਨਰਲ ਡਾਇਰ ਉਹੀ ਜਨਰਲ ਡਾਇਰ ਜਿਨੇ 13 ਅਪ੍ਰੈਲ 1919 ਨੂੰ ਨਿਹੱਤੇ ਲੋਕ ਸੀਗੇ ਜਿਹੜੇ ਇੱਕ ਪਾਰਕ ਵਿੱਚ ਵਿਸਾਖੀ ਵਾਲੇ ਦਿਨ ਕੋਈ ਮੇਲੇ ਚ ਆਏ ਸੀਗਾ ਕੋਈ ਛੋਟਾ ਜਾ ਉੱਥੇ ਕੀ ਕਹਿੰਦੇ ਨੇ ਆਪਣਾ ਪ੍ਰੋਗਰਾਮ ਚੱਲਦਾ ਸੀ ਉਹਦੇ ਲਈ ਆਏ ਸੀਗੇ ਉਹਨਾਂ ਉੱਤੇ ਸਾ 1350 ਤੋਂ ਲੈ ਕੇ 1500 ਦੇ ਅਰਾਊਂਡ ਅਰਾਊਂਡ ਫਾਇਰ ਕੀਤੇ ਤੇ ਆਫੀਸ਼ੀਅਲ ਨੋਟਿਸ ਕਹਿੰਦਾ ਹੈ ਕਿ ਸਿਰਫ 389 ਮੌਤਾਂ ਹੋਈ ਹੈ ਨਹੀਂ ਲੇਕਿਨ ਹਜ਼ਾਰ ਤੋਂ ਉੱਤੇ ਮੌਤਾਂ ਹੋ ਗਿਆ ਤਾਂ ਉਹਨਾਂ ਬਾਰੇ ਗੱਲ ਕਰਨ ਜਾ ਰਹੇ ਤਾਂ ਜੀ ਮੇਰਾ ਨਾਮ ਹੈ ਗगन ਸਾਥੀ ਕਾਲ ਸਾਰਿਆਂ ਨੂੰ ਜੈ ਜੀ ਸ਼੍ਰੀ ਦਾਮ ਹਰ ਹਰ ਮਹਾਦੇਵ ਤਾਂ ਜੀ ਸਿਮਰਨਜੀਤ ਸਿੰਘ ਵਾਂ ਤੁਹਾਨੂੰ ਪਤਾ ਹੈ ਸੰਗਰੂਰ ਤੋਂ ਐਮਪੀ ਬਣੇ ਨੇ ਮਾਨ ਸਾਹਿਬ ਭਗਵਾਨ ਸਾਹਿਬ ਦਾ ਸੇਮ ਬਣ ਚੁੱਕੇ ਨੇ ਤਾਂ ਉਹਨਾਂ ਦੀ ਥਾਂ ਬਾਈਪੋਲ ਇਲੈਕਸ਼ਨ ਹੋਏ ਤੇ ਸਿਮਰਨਜੀਤ ਸਿੰਘ ਮਾਨ ਬਣ ਚੁੱਕੇ ਨੇ ਉੱਧਰ ਦੇ ਐਮਪੀ ਤਾਂ ਇਹਨਾਂ ਨੇ ਗੱਲ ਕੀ ਕਹੀ ਪਹਿਲਾਂ ਉਹ ਪੜਦੇ ਆ ਤਾਂ ਐ ਰੈਫਰ ਕਰਦੇ ਹੋਏ ਬ੍ਰਿਟਿਸ਼ ਪੁਲਿਸ ਆਫਰ ਆਫੀਸਰ ਜான் ਸੌਂਡਰਸ ਨੂੰ ਜੇ ਭਗਤ ਸਿੰਘ ਵਾਸ ਅ ਟੈਰਰਿਸਟ ਕਿਉਂਕਿ ਹੀ ਆਲਸੋ ਕਿਲਡ ਐਨ ਅਮਰਿਤ ਧਾਰੀ ਸਿੱਖ ਪੁਲਿਸ ਕਨਸਟੇਬਲ ਚੰਨਨ ਸਿੰਘ ਐਂਡ ਥਰੂ ਅ ਬੰਬ ਇਨ ਦਾ ਅਸੈਂਬਲੀ ਭਗਤ ਸਿੰਘ ਉਦੋਂ ਵੀ ਇਹੀ ਦੱਸਦਾ ਰਿਹਾ ਕਿ ਇਹ ਜਿਹੜਾ ਬੰਬ ਹੈ ਆਪਾਂ ਕਿਸ ਨੂੰ ਹਰਟ ਕਰਨ ਲਈ ਨਹੀਂ ਸਿੱਟਿਆ ਸੀ ਠੀਕ ਹੈ ਉਸ ਬੰਬ ਦਾ ਮਤਲਬ ਇਹੀ ਸੀ ਕਿ ਜਿਹੜੀ ਬਹਿਰੀ ਸਰਕਾਰ ਹੈ ਉਹ ਸਟੇਟਮੈਂਟ ਸੀ ਪ੍ਰੋਪਰ ਬਹਿਰੀ ਸਰਕਾਰ ਹੈ ਉਹਦੇ ਕੰਨਾਂ ਤੱਕ ਆਵਾਜ਼ ਪਹੁੰਚਾਣੀ ਇਹ ਮੋਟਿਵ ਸੀ ਤੇ ਇਧਰ ਇਹ ਕਹਿੰਦੇ ਨੇ ਕਿਉਂਕਿ ਉੱਥੇ ਉਦੋਂ ਇੱਕ ਕਹਿੰਦੇ ਅਮਰਿਤਾਰੀ ਸਿੱਖ ਸਿਕਰ ਚੰਨਨ ਸਿੰਘ ਉਹਦੀ ਵੀ ਮੌਤ ਹੋਈ ਸੀ ਉਹਨੂੰ ਵੀ ਮਾਰਤਾ ਸੀਗਾ ਤੇ ਨਾਲ ਨਾਲ ਅਸੈਂਬਲੀ ਵਿੱਚ ਬੰਬ ਸੱਟਿਆ ਸੀ ਕਹਿੰਦੇ ਤਾਂ ਜੀ ਭਗਤ ਸਿੰਘ ਇੱਕ ਅਤਵਾਦੀ ਹੈ ਨਾਲੇ ਨਾਲ ਇੰਨਾ ਹੀ ਨਹੀਂ ਇਹਨਾਂ ਨੇ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਨਾਲ ਨਾ ਉਹਨਾਂ ਦਾ ਨਾਂ ਹੈ ਅਰੂਰ ਸਿੰਘ ਹੁਣ ਉਹ ਕੌਣ ਨੇ ਕੀ ਕੀਤਾ ਉਹਨਾਂ ਬਾਰੇ ਕਿਉਂ ਇੰਨਾ ਗੱਲਬਾਤ ਰਹੀ ਜਲੀਆਂ ਵਾਲਾ ਬਾਘ ਕਿਥੋਂ ਹੈ ਵਿੱਚ ਹੁਣ ਉਹਦੇ ਬਾਰੇ ਗੱਲ ਪੜਦੇ ਆ ਤਾਂ ਇਹ ਭਗਤ ਸਿੰਘ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਾਂ ਐਮਪੀ ਕਹਿੰਦੇ ਜੀ ਇਹਨਾਂ ਦੇ ਗ੍ਰੈਂਡਫਾਦਰ ਯਾਨੀ ਕਿ ਉਹਨਾਂ ਦੇ ਨਾਨਾ ਬਹੁਤ ਇੰਪੋਰਟੈਂਟ ਗੱਲ ਹੈ ਬਹੁਤ ਇੰਪੋਰਟੈਂਟ ਸੈਸ਼ਨ ਹੈ ਠੀਕ ਹੈ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਇਹਨੂੰ ਉਹਨਾਂ ਦੇ ਨਾਨੇ ਕਹਿੰਦੇ ਇਹਨਾਂ ਨੇ ਆਨਰ ਕੀਤਾ ਸੀ ਜਨਰਲ ਡਾਇਰ ਨੂੰ ਜਨਰਲ ਡਾਇਰ ਉਹੀ ਜਨਰਲ ਡਾਇਰ 13 April 1919 ਨੂੰ ਜਿਹਨੇ ਨਿਹੱਥੇ ਲੋਕਾਂ 'ਤੇ ਵਾਰ ਕਿਰਵਾਇਆ ਸੀਗਾ ਫਾਇਰ ਕਰਵਾਈ ਸੀ ਇਹ ਉਹੀ ਜਨਰਲ ਡਾਇਰ ਹੈ ਉਹਨਾਂ ਨੂੰ ਆਨਰ ਕੀਤਾ ਸੀ ਕਹਿੰਦੇ ਟੂ ਪੈਸੀਫਾਈ ਹਿਸ ਐਂਗਰ ਐਸ ਦਾ ਬ੍ਰਿਟਿਸ਼ ਵਾਂਟਡ ਟੂ ਕੰਡਕਟ ਏਰੀਅਲ ਬੌਮਬਿੰਗ ਇਨ ਅੰਮ੍ਰਿਤਸਰ ਸਿਮਰਤਜੀਤ ਮਾਨ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਨਾ ਜੀ ਨੇ ਜਨਰਲ ਡਾਇਰ ਨੂੰ ਕਹਿੰਦੇ ਜੀ ਸਰੂਪਾ ਦਿੱਤਾ ਸੀਗਾ ਉਹਨੂੰ ਇੱਕ ਆਨਰੇਰੀ ਸਿੱਖ ਬਣਾਇਆ ਸੀਗਾ ਕਿਉਂ ਕਹਿੰਦੇ ਕਿਉਂਕਿ ਅੰਬਰਸਰ ਉੱਤੇ ਬੌਮਬਿੰਗ ਕਰ ਦੇਣਗੇ ਮਤਲਬ ਕਾਫੀ ਇਹ ਗੱਲ ਕਦੇ ਨਹੀਂ ਸੁਣੀ ਮਤਲਬ ਹਿਸਟਰੀ ਜੇ ਤੁਸੀਂ ਪੜ੍ਹ ਕੇ ਦੇਖ ਲਓ Google ਕਰ ਲਓ ਮੈਂ ਵੀ ਆਪ ਦੇਖਿਆ ਮੈਂ ਵੀ ਪਹਿਲਾ ਸੈਸ਼ਨ ਬਣਾਉਣ ਤੋਂ ਪਹਿਲਾਂ ਅੱਧਾ ਘੰਟਾ ਮੈਂ ਚੈੱਕ ਕੀਤਾ ਕਿਸੇ ਕਦੇ ਕਿਤੇ ਕਾਪੀ 'ਚ ਕਿਸੇ ਨੇ ਕਦੇ ਕਿਤਾਬ ਲਿਖੀ ਹੋਵੇ ਇਹ ਲਿਖਿਆ ਹੋਵੇ ਉੱਥੇ ਕਿ ਅੰਬਰਸਰ ਸ਼ਹਿਰ ਨੂੰ ਬੌਮਬਿੰਗ ਹੋਣੀ ਸੀ ਤਾਂ ਇਹ ਕਹਿੰਦੇ ਨੇ ਇਹਨਾਂ ਨੇ ਕਹਿੰਦੇ ਗੋਲਡਨ ਟੈਂਪਲ ਨੂੰ ਠੀਕ ਹੈ ਹਰਮੰਦਰ ਸਾਹਿਬ ਨੂੰ ਬਚਾਉਣ ਲਈ ਕੀਤਾ ਫਰਮ ਬੰਬਿੰਗ ਔਨ ਦਾ ਐਡਵਾਈਸ ਆਫ ਦੈਨ ਪ੍ਰਿੰਸੀਪਲ ਆਫ ਖਾਲਸਾ ਕਾਲਜ ਜੀ ਏ ਵਾਤਨ ਇਹ ਕਹਿੰਦੇ ਨੇ ਵੀ ਗੋਰੀ ਸਰਕਾਰ ਕਹਿ ਰਹੀ ਸੀ ਆ ਕਿ ਅਸੀਂ ਅੰਮ੍ਰਿਤਸਰ ਨੂੰ ਹੀ ਬੰਬ ਕਰ ਦੇਣਾ ਮਤਲਬ ਪਹਿਲਾਂ ਜਨਰਲ ਡਾਇਰ ਨੇ ਫਾਇਰਿੰਗ ਕੀਤੀ ਹੈ ਠੀਕ ਹੈ ਪਹਿਲਾਂ ਬਹੁਤ ਉਹ ਪੁੱਠਾ ਕੰਮ ਹੋ ਗਿਆ ਸੀ ਉਸ ਤੋਂ ਬਾਅਦ ਕਹਿੰਦੇ ਗੋਰੀ ਸਰਕਾਰ ਕਹਿ ਰਹੀ ਸੀ ਕਿ ਉਹਨਾਂ ਉੱਤੇ ਫਾਇਰਿੰਗ ਏਰੀਅਲ ਬੰਬਿੰਗ ਕਰ ਦੂੰਗੇ ਕਿਹਦੇ ਉੱਤੇ ਅੰਮ੍ਰਿਤਸਰ ਉੱਤੇ ਉਸ ਟਾਈਮ ਦੇਖੋ ਦੋ ਤਿੰਨ ਚੀਜ਼ਾਂ ਸੀਗੀਆਂ ਉਸ ਟਾਈਮ ਕਈ ਲੋਕਾਂ ਨੇ ਸਮਰਥਨ ਕੀਤਾ ਇਹਨਾਂ ਦਾ ਕਈ ਲੋਕਾਂ ਦਾ ਮਤਲਬ ਕਈ ਗੋਰੇ ਸੀਗੇ ਬਟ ਕਈ ਭਾਰਤੀ ਵੀ ਸੀਗੇ ਭਾਰਤੀ ਵੀ ਸਾਡੇ ਸਿੱਖ ਭਰਾ ਬਹੁਤ ਸੀਗੇ ਜਿੱਦਾਂ ਤੁਹਾਡੇ ਬਾਰੇ ਤੁਹਾਨੂੰ ਦੱਸ ਦੇਣਾ ਇਹ ਨੇ ਜੀ ਅਰੂਰ ਸਿੰਘ ਜੀ ਠੀਕ ਹੈ ਅਰੂਰ ਸਿੰਘ ਜੀ ਕੌਣ ਸਿਮਰਨਜੀਤ ਮਾਨ ਸਿੰਘ ਜੀ ਨਾਨਾ ਜੀ ਯਾਨੀ ਕਿ ਮਟਰਨਲ ਗ੍ਰੈਂਡਫਾਦਰ ਉਸ ਟਾਈਮ ਇਹ ਸੀਗੇ ਪ੍ਰਧਾਨ ਸਰਾਵਾ ਕਿਹਾ ਜਾਂਦਾ ਗੋਲਡਨ ਟੈਂਪਲ ਦੇ ਤਾਂ ਜਲੀਆਂ ਵਾਲਾ ਬਾਗ ਪਹਿਲਾ ਜਲੀਆਂ ਵਾਲੇ ਬਾਗ ਬਾਰੇ ਗੱਲ ਕਰ ਲੈਣਾ ਸਾਰਾ ਦੱਸਦਾ ਉਹਦੇ ਬਾਰੇ ਜਲੀਆਂ ਵਾਲਾ ਬਾਗ ਕੋਈ ਪ੍ਰੋਪਰ ਪਾਰਕਟ ਗਾਰਡਨ ਨਹੀਂ ਸੀ ਜਿੱਦਾਂ ਅੱਪਾ ਅੱਜਕੱਲ ਦੇਖਦੇ ਆ ਕਿ ਪ੍ਰੋਪਰ ਐਂਡ ਗਾਰਡਨ ਬਣਿਆ ਹੋਇਆ ਉਹ ਕੁਝ ਨਹੀਂ ਸੀ ਉਹ ਖੁੱਲਾ ਇੱਕ ਗਰਾਊਂਡ ਸੀ ਉਹਦੇ ਆਸ-ਪਾਸੇ ਲੱਗ ਗਏ ਤੇ ਲੈ ਨਾ ਉਹ ਬਸ ਘਰ ਬਣਾਏ ਹੋਏ ਸੀ ਲੋਕਾਂ ਨੇ ਤੇ ਹੋਇਆ ਕਿ ਸਬਬ ਬਣਾ ਲੋ ਵਸ ਤੇ ਇਨ ਸਾਈਡ ਤੋਂ ਬੰਦ ਹੋ ਗਿਆ ਤੇ ਘਰਾਂ ਦੀ ਬੈਕ ਸਾਈਡ ਉੱਥੇ ਸੀਗੀ ਠੀਕ ਹੈ ਉਹੀ ਗੱਲ ਕੀ ਵਿੰਗਟੇਡੀ ਜੀ ਰੈਕਟੈਂਗੂਲਰ ਜੀ ਸ਼ੇਪ ਦੀ 250 ਯਾਰਡ ਦਾ ਸੀਗਾ ਤੇ 200 ਯਾਰਡ ਚੌੜਾ ਸੀ ਤੇ ਘਰਾਂ ਦੀ ਕਹਿੰਦੇ ਪਿੱਠ ਸੀਗੀ ਉਸ ਸਾਈਡ ਤਾਂ ਆਪਾਂ ਤੇ ਇੱਕ ਛੋਟੀ ਜੀ ਗਲੀ ਹੁੰਦੀ ਹੈ ਜੇ ਤੁਸੀਂ ਅੱਜ ਕੱਲ ਗਏ ਹੋਣ ਕਦੇ ਵੀ ਗਏ ਹੋਣ ਪਤਾ ਹੋਊਗਾ ਇਹ ਅੱਜ ਦੀ ਫੋਟੋ ਹੈ ਇਹ ਉਸ ਟਾਈਮ ਦੀ ਫੋਟੋ ਹੈ ਤਾਂ ਉਸ ਟਾਈਮ ਵੀ ਤੁਸੀਂ ਜਿੱਦਾਂ ਦੇਖ ਸਕਦੇ ਹੋ ਇਹ ਦੋ ਸਾਈਡ ਦੀ ਫੋਟੋ ਦਿਖ ਰਹੀ ਹੈ ਬਟ ਤਿੰਨ ਸਾਈਡ ਤੋਂ ਇਹ ਬੰਦ ਸੀਗਾ ਇਹ ਗਰਾਊਂਡ ਸੀ ਵੈਸੀ ਹੁੰਦਾ ਨਾ ਅੱਜ ਕੱਲ ਵੀ ਆਪਾਂ ਦੇਖਦੇ ਕਈ ਥਾਂ ਹੁੰਦੀਆਂ ਖੁੱਲੀ ਪਈ ਹੋਈ ਹੈ ਨਾ ਆਪਾਂ ਕਹਿੰਦੇ ਕਿਸੇ ਦਾ ਪਲਾਟ ਹੋਣਾ ਕੁਝ ਕਰ ਨਹੀਂ ਰਿਹਾ ਬਸ ਉਸ ਵਜ੍ਹਾ ਸੀਗਾ ਖਾਲੀ ਸੀਗਾ ਉਸ ਟਾਈਮ ਤੇ ਚੌਥੀ ਸਾਈਡ ਉੱਥੇ ਇੱਕ ਬਾਉਂਡਰੀ ਵਾਲ ਸੀਗੀ ਕਹਿੰਦੇ 5 ਫੁੱਟ ਉੱਚੀ 5 ਫੁੱਟ ਉੱਚੀ ਤੇ ਵਿਦ ਅ ਫਿਊ ਨੈਰੋ ਲੇਨ ਸਰਵਿੰਗ ਐਜ਼ ਐਗਜ਼ਿਟ ਛੋਟੀ ਛੋਟੀ ਜੀ ਗਲੀਆਂ ਜੀ ਸੀਗੀਆਂ ਕਹਿੰਦੇ ਜਿੱਥੋਂ ਬਾਹਰ ਨਿਕਲ ਸਕਦੇ ਸੀ ਆਪਣੇ ਕਹਿੰਦੇ ਜਿਹੜੀ ਹਥਿਆਰਾਂ ਵਾਲੀ ਗੱਡੀਆਂ ਸੀ ਉਹ ਅੰਦਰ ਲੈ ਨਹੀਂ ਗਿਆ ਜਨਰਲ ਡਾਇਰ ਤਾਂ ਉਹ ਪੈਰਾਂ ਤੇ ਹੀ ਗਿਆ ਭੱਜਦੇ ਹੋਏ ਗਿਆ 25 ਵਨ ਇਧਰ ਸਾਈਡ ਆਫ ਤਾਂ ਜੀ ਅਰਾਊਂਡ 50 ਬੰਦੇ ਲੈ ਕੇ ਅੰਦਰ ਵੜ ਗਿਆ ਉਹ ਠੀਕ ਹੈ 50 ਬੰਦੇ ਲੈ ਕੇ ਅੰਦਰ ਵੜ ਗਿਆ ਕਿਹਾ ਉਹਨੇ ਭੱਜ ਸਕਦੇ ਭੱਜ ਲੋ ਹੁਣ ਕਿੱਥੇ ਭੱਜਦਾ ਕੋਈ ਤਿੰਨ ਸਾਈਡ ਤੋਂ ਬੰਦ ਇੱਕ ਤਰੀ ਇੱਕ ਸਾਈਡ ਤੇ ਤੁਸੀਂ ਖੜੇ ਬੰਦੂਕਾਂ ਲੈ ਕੇ ਤੇ ਉਹਨੇ ਕਰਾਤੀ ਅੰਦਾ ਦੁੰਦ ਫਾਇਰਿੰਗ ਸ਼ੁਰੂ ਤੁਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹੋ ਜਿਹਾ ਕੁਝ ਹਾਲ ਸੀਗਾ ਫਾਈਟਿੰਗ ਜਿਹੜੀ ਹੋਈ ਸੀ ਰਿਐਕਸ਼ਨ ਜਿੱਦਾਂ ਮੈਂ ਗੱਲ ਕਹੀ ਤਾਂ ਰਿਐਕਸ਼ਨ ਕੀ ਹੈ ਹੈਨਾ ਰਿਐਕਸ਼ਨ ਹੁਣ ਤਾਂ ਹੀ ਤਾਂ ਥੋੜੀ ਅਜੀਬ ਜੀ ਗੱਲ ਲੱਗ ਰਹੀ ਹੈ ਜਿਹੜੇ ਕਹਿੰਦੇ ਕਿ ਅੰਮ੍ਰਿਤਸਰ ਉੱਤੇ 에ਰੀਅਲ ਬੰਬਿੰਗ ਕਰਨੀ ਸੀ ਕਿਉਂ ਕਿ ਉਸ ਟਾਈਮ ਜਿਹੜੇ ਸੈਕਟਰੀ ਆਫ ਵਾਰ ਸੀਗੇ ਉਹਨੇ ਹੀ ਕਿਹਾ ਸੀ ਕੰਡੈਮਨਟ ਦਾ ਮੈਸੈਕਰ ਯਾਨੀ ਕਿ ਉਹਨੇ ਹੀ ਕਿਹਾ ਕਿ ਇਸ ਕਤਲੇਆਮ ਦੀ ਉਹਨਾਂ ਨੇ ਹੀ ਨਿੰਦਾ ਕੀਤੀ ਤੇ ਮਾਨ ਸਾਹਿਬ ਕਹਿ ਰਹੇ ਨੇ ਕਿ ਗੋਰੇ ਅੰਮ੍ਰਿਤਸਰ ਉੱਤੇ ਬੰਬਿੰਗ ਕਰਾਉਣ ਲੱਗੇ ਸੀਗੇ ਤੇ ਉਹਨਾਂ ਦੇ ਸੈਕਟਰੀ ਆਫ ਵਾਰ ਨੇ ਹੀ ਨਿੰਦਾ ਕੀਤੀ ਸੀ ਉਸ ਟਾਈਮ ਦਾ ਹਾਊਸ ਆਫ ਲਾਰਡਸ ਗੇਵ ਜਨਰਲ ਡਾਇਰ ਅ ਸਵਾਰਡ ਇਨਸਕ੍ਰਾਈਬਡ ਵਿਦ ਦਾ ਮੋਟੋ ਸੇਵੀਅਰ ਆਫ ਦਾ ਪੰਜਾਬ ਮਤਲਬ ਵਿਨਸਟਨ ਸਰਚਲਚੀ ਜੀ ਨੇ ਕਿਹਾ ਕਿ ਗਲਤ ਹੋ ਰਿਹਾ ਹਾਊਸ ਆਫ ਲਾਰਡ ਕਹਿੰਦਾ ਬਹੁਤ ਵਧੀਆ ਕਹਿੰਦਾ ਤੂੰ ਪੰਜਾਬ ਨੂੰ ਬਚਾ ਲਿਆ ਉਹ ਕੀ ਬਹਾਨਾ ਦੇ ਰਹੇ ਨੇ ਕਹਿੰਦੇ ਇੱਥੇ ਗੋਰੀ ਸਰਕਾਰ ਦੇ ਅਗੇਂਸਟ ਬਹੁਤ ਵੱਡੀ ਕਹਿੰਦੇ ਮਿਊਟੀ ਨਹੀਂ ਹੋ ਰਹੀ ਸੀ ਮਤਲਬ ਕਿ ਬਹੁਤ ਵਿਰੋਧ ਹੋਣ ਵਾਲਾ ਸੀ ਬਹੁਤ ਕਹਿੰਦੇ ਇਹਨਾਂ ਨੇ ਕਤਲੇਆਮ ਕਰ ਦੇਣਾ ਸੀ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਇਹ ਕਹਿਣਾ ਸੀ ਰਿਕਾਰਡਡ ਸਰਕਾਰ ਦਾ ਰਿਕਾਰਡਡ ਸੈਸ਼ਨ ਚਲੋ ਠੀਕ ਹੈ ਇਹ ਕਹਿਣਾ ਸੀ ਗੋਰੀ ਸਰਕਾਰ ਦਾ ਤਾਂ ਵਿਨਸਟਨ ਚਰਚਿਲ ਦਾ ਕੀ ਕਹਿਣਾ ਸੀ ਕਹਿੰਦੇ ਆਪਾਂ ਜਿੰਨੀ ਵੀ ਗੱਲਾਂ ਕਰ ਲਈਏ ਕਿ ਜਿਹੜੀ ਡਿਫਿਕਲਟੀਆਂ ਸੀਗੇ ਜਨਰਲ ਡਾਇਰ ਲਈ ਠੀਕ ਹੈ ਅੰਬਰ ਸਰਵਿਸ ਕਹਿੰਦੇ ਜਿਹੜੇ ਵੀ ਰੌਲੇ ਚੱਲੇ ਹੋਏ ਸੀਗੇ ਖিলাਫਤ ਵਾਲਾ ਜਿਹੜਾ ਹਸਾਬ ਕਿਤਾਬ ਸੀ ਜੋ ਕੁਝ ਵੀ ਸੀਗਾ ਉਹਨੇ ਜੋ ਕੁਝ ਕੀਤਾ ਬਹੁਤ ਗਲਤ ਸੀ ਬਹੁਤ ਗਲਤ ਸੀ ਕਹਿੰਦੇ ਵਨ ਟਰਮੈਂਡਰ ਫੈਕਟ ਸਟੈਂਡਸ ਆਊਟ ਆਈ ਮੀਨ ਦਾ ਸਲਟਰ ਆਫ ਨੀਅਰਲੀ 400 ਪਰਸਨਸ ਐਂਡ ਦਾ ਹੂਂਡਿੰਗ ਆਫ ਪ੍ਰੋਬੇਬਲੀ 3 ਟੂ 4 ਟਾਈਮਸ ਐਜ਼ ਮੈਨੀ ਐਟ ਦਾ ਜਲੀਆਂ ਵਾਲਾ ਬਾਗ ਔਨ 13 ਅਪ੍ਰੈਲ 400 ਲੋਕ ਆਫੀਸ਼ੀਅਲ ਅੰਕੜਾ ਹੈ ਤੇ ਕਹਿੰਦੇ 3 ਤੋਂ 4 ਗੁਣਾ ਜਿਹੜੇ ਕੀ ਕਹਿੰਦੇ ਆਪਣਾ ਇੰਜਰਡ ਹੋਏ ਘਾਇਲ ਹੋਏ ਤਾਂ 1600 ਦੇ ਆਊਂਡ ਬਹੁਤ ਲੋਕ ਆਇਲ ਹੋਏ ਤਾਂ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਕਾਰਾ ਸੀ ਬਹੁਤ ਮਾੜਾ ਹੋਇਆ ਸੀਗਾ ਇਹ ਕਿਹਨੇ ਕਿਹਾ ਵਿੰਸਟਨ ਚਰਚਿਲ ਨੇ ਮੌਨਸਟਰਸ ਇਵੈਂਟ ਐਂਡ ਇਵੈਂਟ ਵਿਚ ਸਟੈਂਡਸ ਇਨ ਸਿੰਗੂਲਰ ਐਂਡ ਸਿਨਿਸਟਰ ਆਈਸੋਲੇਸ਼ਨ ਕਿ ਇਹ ਜਿਹੜਾ ਇਵੈਂਟ ਹੈ ਇਹ ਬ੍ਰਿਟਿਸ਼ ਰਾਜ ਤੇ ਇੱਕ ੱਬਾ ਸੀਗਾ ਇਹਨਾਂ ਦਾ ਕਹਿਣਾ ਸੀਗਾ ਵਿਨਸਟਨ ਚਰਚਿਲ ਦਾ ਠੀਕ ਹੈ ਉਸ ਟਾਈਮ ਫਿਰ ਤੁਹਾਨੂੰ ਪਤਾ ਹੈ ਕਿ ਕੁਝ ਹੋਇਆ ਕਾਫੀ ਕੁਝ ਹੰਡਰਡਸ ਆਫ ਉਸ ਟਾਈਮ ਦੇ ਨਿਊਜ਼ ਪ੍ਰਿੰਟਸ ਨੇ ਰਵਿੰਦਰਨਾਥ ਟੈਗੋਰ ਜੀ ਨੇ ਆਪਣਾ ਨਾਈਟ ਹੁਟ ਦੇ ਦਿੱਤਾ ਸੀਗਾ ਅਹਰ ਤਾਂ ਦੇਖੋ ਡਾਰਕਸਟ ਇਨਨ ਬ੍ਰਿਟਿਸ਼ ਰੂਲ ਗ੍ਰੇਟ ਸੈਂਸੇਸ਼ਨ ਇਨ ਇੰਗਲੈਂਡ ਕੋਈ ਕਹੇ ਬਹੁਤ ਹੀ ਵਧੀਆ ਕੀਤਾ ਕੋਈ ਕਹਿੰਦੇ ਆ ਕੀ ਕਰਤਾ ਤੇਰਾ ਫਿਟੇ ਮੂੰ ਜੋ ਕੁਝ ਵੀ ਨਾਲ ਨਾਲ ਫਿਰ ਕਾਫੀ ਰਿਐਕਸ਼ਨਸ ਹੋਈ ਇੰਡੀਆ ਵਿੱਚ ਜਿੱਦਾਂ ਮੈਂ ਕਿਹਾ ਰਵਿੰਦਰਨਾਥ ਟੈਗੋਰ ਜੀ ਨੇ ਨਾਈਟ ਹੂਡ ਆਪਣਾ ਦੇਤਾ ਗਾਂਧੀ ਜੀ ਨੇ ਆਪਣਾ ਜਿਹੜਾ ਕੇਸਰੀ ਹਿੰਦ ਦਾ ਟਾਈਟਲ ਦਿੱਤਾ ਹੋਇਆ ਸੀ ਉਹ ਵੀ ਵਾਪਸ ਦੇਤਾ ਕਿ ਲੈ ਜੋ ਠੀਕ ਹੈ ਉਹ ਸਾਰੀਆਂ ਗੱਲਾਂ ਹੋ ਗਈ ਸੀ ਇੱਥੇ ਵਾਟ ਇਜ਼ ਮੋਰ ਇਨਸੈਂਸਿਟਿਵ ਕਹਿੰਦੇ ਹੋਰ ਮਾੜੀ ਗੱਲ ਪਤਾ ਕਿ ਲੱਗੀ ਕਹਿੰਦੇ ਕੁਝ ਬ੍ਰਿਟਿਸ਼ ਕਨਜ਼ਰਵੇਟਿਵ ਨੇ ਉਹਨਾਂ ਨੂੰ ਕਿਹਾ ਬਹੁਤ ਵਧੀਆ ਉਹਨਾਂ ਨੇ ਉਹਦੇ ਲਈ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਕਲੈਕਟਿਡ ਮਨੀ ਫਾਰ ਜਨਰਲ ਡਾਇਰ ਕਿਉਂਕਿ ਉਹਨੂੰ ਦੇਖੋ ਆਬੀਜੀ ਗੱਲ ਹੈ ਹੁਣ ਪੂਰੇ ਭਾਰਤ ਵੱਲੋਂ ਪ੍ਰੋਟੈਸਟ ਹੋਣ ਲੱਗ ਗਏ ਸੀਗੇ ਹੁਣ ਦੇਖੋ ਮਹਾਤਮਾ ਗਾਂਧੀ ਰਵਿੰਦਰਨਾਥ ਟੈਗੋਰ ਬਹੁਤ ਛੋਟੀ ਦੇ ਬੰਦੇ ਨੇ ਠੀਕ ਹੈ ਉਸ ਟਾਈਮ ਇਹ ਇੱਥੇ ਸੀਗੇ ਤਾਂ ਉਹਨਾਂ ਨੇ ਆਪਣੀ ਨਾਈਟ ਹੁੰਦੇ ਨੇ ਸ਼ੁਰੂ ਕਰਤੇ ਪਤਾ ਲੱਗਿਆ ਕਿ ਯਾਰ ਕੁਝ ਤਾਂ ਔਖਾ ਹੋਣ ਲੱਗਾ ਤੇ ਇਹ ਗੋਰੀ ਸਰਕਾਰ ਉਸ ਟਾਈਮ ਬਸ ਵਰਲਡ ਵਾਰ ਤੋਂ ਬਾਹਰ ਨਿਕਲੀ ਨਿਕਲੀ ਸੀ 1914 ਤੋਂ 1919 ਵਰਲਡ ਵਾਰ ਹੋ ਕੇ ਨਿਬੜਿਆ ਸੀ ਹਜੇ ਉਹਨੂੰ ਆਪੋਜੀਸ਼ਨ ਵਿੱਚ ਨਹੀਂ ਸੀਗਾ ਕਿ ਆਪਾਂ ਇੱਕ ਰਿਵ ਤੱਕ ਬਹੁਤ ਸੀਗਾ ਤਾਂ ਜਨਰਲ ਡਾਇਰ ਨੇ ਇਹਨਾਂ ਨੇ ਕਰਤਾ ਕਿ ਚਲੋ ਭਾਜੀ ਆਪ ਵਾਪਸ ਚਲੋ ਮੋਲ ਕਪੜੇ ਤਾਂ ਕੁਝ ਇੰਡੀਅਨ 엘ੀਟਸ ਨੇ ਵੀ ਮਾੜੀ ਗੱਲ ਕੀ ਗੋਰੇ ਆਪਣੇ ਆਪ ਨੂੰ ਆਪਣੇ ਵਾਲੇ ਨੂੰ ਕਰ ਰਹੇ ਨੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਮਾੜੀ ਗੱਲ ਕੀ ਕੁਝ ਇੰਡੀਅਨ 엘ੀਟ ਕੁਝ ਇੰਡੀਆ ਦੇ ਚੋਟੀ ਦੇ ਵਧੀਆ ਪਰਿਵਾਰ ਅਮੀਰ ਪਰਿਵਾਰ ਉਹਨਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਕਹਿੰਦੇ ਕਿਉਂਕਿ ਉਹਨੂੰ ਰਿਟਾਇਰਮੈਂਟ ਦਿੱਤੀ ਸੀ ਭਾਰਤ ਵਾਲੇ ਲੋਕ ਨੇ ਭਾਰਤ ਵਾਲੇ ਲੋਕਾਂ ਨੇ ਕੀਤਾ ਹੈ ਦ ਨੋਬਲ ਔਰੀਏਟ ਤੁਸੀਂ ਗੱਲਾਂ ਪੜ੍ਹਦੇ ਹੋ ਨੇ ਰਿਯਾਰਡ ਕਲੀਪਲਿੰਗ ਦੀ ਕਿਪਲਿੰਗ ਦੀ ਕਦੇ ਕਿਤਾਬਾਂ ਹੈ ਨਾ ਪੋਇਮਾਂ ਵੱਡੀ ਵੱਡੀਆਂ ਪੋਇਮ ਉਹ ਕਹਿੰਦਾ ਦ ਮੈਨ ਹੂ ਸੇਵਡ ਇੰਡੀਆ ਇੰਡੀਆ ਭਾਈ ਸਾਹਿਬ ਦੇ ਨਾਮ ਸਾਹਿਬ ਨਾਲ ਕਹਿੰਦੇ ਇਸ ਬੰਦੇ ਨੇ ਭਾਰਤ ਨੂੰ ਬਚਾਇਆ ਇਸ ਬੰਦੇ ਨੇ ਭਾਰਤ ਨੂੰ ਬਚਾਇਆ ਇਸ ਇਹਦੇ ਹਿਸਾਬ ਨਾਲ ਜੇ ਵਧੀਆ ਲੱਗ ਰਿਹਾ ਜੇ ਮੈਂ ਦੱਸ ਰਿਹਾ ਇੱਕ ਵਾਰ ਸੈਸ਼ਨ ਨੂੰ ਲਾਈਕ ਵੀ ਕਰ ਦਿਓ ਥੋੜਾ ਜਿਹਾ ਮੈਨੂੰ ਵੀ ਲੱਗੇ ਅੱਗੇ ਤੁਹਾਡੇ ਲਈ ਹੋਰ ਇਹ ਹੋ ਜੇ ਸੈਸ਼ਨ ਲਿਆਦੇ ਰਾਂਗੇ ਆਪਾਂ ਜਨਰਲ ਡਾਇਰ ਵਾਸ ਮੇਡ ਐਨ ਆਨਰੇਰੀ ਸਿਕਸ ਹੁਣ ਆਂਦੀ ਹੈ ਜੀ ਅਰੂਰ ਸਿੰਘ ਦੀ ਗੱਲ ਹੁਣ ਸ਼ੁਰੂਆਤ ਤਾਂ ਆਪਾਂ ਸੀ ਉਹਨਾਂ ਜੀ ਮਾਨ ਤੋਂ ਕੀਤੀ ਉਹਨਾਂ ਦੇ ਨਾਨੇ ਤੋਂ ਕੀਤੀ ਹੁਣ ਆਂਦੀ ਹੈ ਉਹਨਾਂ ਦੀ ਗੱਲ ਤਾਂ ਜਨਰਲ ਡਾਇਰ ਨੂੰ ਇੱਕ ਆਨਰੇਰੀ ਸਿਕ ਬਣਾਇਆ ਗਿਆ ਸੀਗਾ ਠੀਕ ਹੈ ਜਨਰਲ ਡਾਇਰ ਨੂੰ ਇੱਕ ਆਨਰੇਰੀ ਸਿਕ ਮਤਲਬ ਕਿ ਜਿੱਦਾਂ ਇੱਕ ਆਨਰੇਰੀ ਪੋਸਟ ਦਿੱਤੀ ਜਾਂਦੀ ਹੈ ਹੈਨਾ ਤਾਂ ਉਹਦਾ ਆਨਰੇਰੀ ਸਿਕ ਬਣਾਇਆ ਸੀਗਾ ਐਸ ਪਰ ਦਾ ਬੁੱਕ ਕਿਹੜੀ ਬੁੱਕ ਦ ਬੁਚਰ ਆਫ ਅਮ੍ਰਿਤਸਰ ਜਨਰਲ ਰੈਜਨਲ ਡਾਇਰ ਇਹ ਲਿਖਿਆ ਨਿਗਲ ਕੋਲਟ ਨੇ ਇਹ ਤੇ ਵੀ ਦੱਸਿਆ ਹੋਇਆ ਹੁਣ ਦੇਖੋ ਕੀ ਦੱਸਿਆ ਹੋਇਆ ਪੜੋ ਰਾਮਨ ਮੇਰੀ ਗੱਲ ਸੁਣੋ ਕਹਿੰਦੇ ਲੀਡਰਾਂ ਨੇ ਸਿੱਖ ਲੀਡਰਾਂ ਨੇ ਸ਼ੇਮਲੈਸਲੀ ਬਸ਼ਰਮੀ ਨਾਲ ਕਹਿੰਦੇ ਜੀ ਡਾਇਰ ਨਾਲ ਗੱਲਬਾਤ ਕੀਤੀ ਯਾਰ ਉਹ ਠੀਕ ਹੈ ਠੀਕ ਹੈ ਵਧੀਆ ਕੀਤਾ ਬਹੁਤ ਮਾੜਾ ਹੋਣ ਵਾਲਾ ਸੀਗਾ ਯਾਂ ਕਰਕੇ ਐਟ ਅ ਸੈਰੇਮਨੀ ਅਪ੍ਰੈਲ ਦੇ ਵਿੱਚ ਹੀ ਐਟ ਅ ਸੈਰੇਮਨੀ ਇਨ ਲੇਟ ਅਪ੍ਰੈਲ ਅਪ੍ਰੈਲ ਦੇ ਵਿੱਚ ਹੀ ਕਿਦੇ ਹਿਸਾਬ ਨਾਲ ਇਨੀਗਲ ਕੋਲੈਜ ਦੇ ਹਿਸਾਬ ਨਾਲ ਹੀ ਐਂਡ ਬ੍ਰਿਗਸ ਉਹਦਾ ਮੇਜਰ ਸੀਗਾ ਠੀਕ ਹੈ ਜਨਰਲ ਡਾਇਰ ਤਾਂ ਮੇਜਰ ਸੀਗਾ ਉਹਨਾਂ ਨੂੰ ਗੋਲਡਨ ਟੈਂਪਲ ਬੁਲਾਇਆ ਗਿਆ ਠੀਕ ਹੈ ਫਾਰ ਦਾ ਆਲਮੋਸਟ ਅਨਹਰਡ ਆਫ ਆਨਰ ਆਫ ਬੀਂਗ ਮੋਨੋ made honorary sikh unheard of ਮਿਲ ਅਸੀਂ ਅਰ ਤੱਕ ਸੁਣਿਆ ਨਹੀਂ ਕਿ ਐਦਾਂ ਵੀ ਕੁਝ ਹੁੰਦਾ ਕਿ ਓਨਰੇਰੀ ਸਿੱਖ ਵੀ ਬਣਾ ਸਕਦੇ ਤਾਂ ਉਹ ਕਹਿੰਦੇ ਐਨੀ ਲੈਟਰ ਰਿਲੇਟਡ ਵਟ ਹਰ ਹਸਬੈਂਡ ਟੋਲਡ ਹਰ ਟੂ ਆਫ தி ਸੈਰੇਮਨੀ ਐਂਡ ਅਕਾਊਂਟ ਕਨਫਰਮਡ ਬਾਈ ਕਲੈਕਸ਼ਨਸ ਆਫ ਦਾ ਸਿਕਸ ਓਵਰ ਪ੍ਰੈਜ਼ੈਂਟਡ ਏਟ ਦੈਟ ਟਾਈਮ ਕਹਿੰਦੇ ਜਿਹੜੇ ਸਿੱਖ ਉਸ ਟਾਈਮ ਪ੍ਰੈਜ਼ੈਂਟ ਸੀਗੇ ਉਹਨਾਂ ਨੇ ਦੱਸਿਆ ਕਿ ਕੀ ਗੱਲਾਂ ਹੋਈਆਂ ਕੀ ਕਿਹਾ ਗਿਆ ਸਾਹਿਬ ਸਿੱਖਾਂ ਨੇ ਕਿਹਾ ਯੂ ਮਸਟ ਬਿਕਮ ਅ ਸਿੱਖ ਇਵਨ ਐਸ ਨਿਕਲਸਨ ਸਾਹਿਬੇ ਕਹਿ ਮ ਅ ਸਿੱਖ ਪਹਿਲਾਂ ਕੋਈ ਨਿਕਲਸਨ ਸਾਹਿਬ ਨੂੰ ਬਣਾਇਆ ਉਹਨਾਂ ਨੇ ਕਹਿੰਦੇ ਤੁਹਾਨੂੰ ਵੀ ਸਿੱਖ ਬਣਨਾ ਪੈਣਾ ਜਨਰਲ ਨੇ ਧੰਨਵਾਦ ਕੀਤਾ ਬਟ ਕਿਹਾ ਕਿ ਮੈਂ ਸਿੱਖ ਨਹੀਂ ਬਣ ਸਕਦਾ ਕਿਉਂਕਿ ਮੈਂ ਗੋਰਾ ਮੈਂ ਇੱਕ ਫੌਜ ਵਿੱਚ ਆ ਤਾਂ ਮੈਂ ਲੰਬੇ ਵਾਲ ਨਹੀਂ ਰੱਖ ਸਕਦਾ ਉਹ ਕਿਹਾ ਵੀ ਵਿਲ ਲੈਟ ਯੂ ਆਫ ਦਾ ਲੌਂਗ ਹੈਅਰ ਤੁਸੀਂ ਕੋਈ ਨਾ ਕਹਿੰਦੇ ਲੰਬੇ ਵਾਲ ਨਾ ਰੱਖੋ ਉਹਨਾਂ ਨੇ ਕਿਹਾ ਜਨਰਲ ਡਾਇਰ ਨੇ ਇੱਕ ਹੋਰ ਗਲਤ ਕਹੀ ਕਹਿੰਦੇ ਮੈਂ স্মੋਕਿੰਗ ਨਹੀਂ ਛੱਡ ਸਕਦਾ ਮੈਂ ਸਿਗਰਟ ਨਹੀਂ ਛੱਡ ਸਕਦਾ ਅਰੂਰ ਸਿੰਘ ਨੇ ਫਿਰ ਕਿਹਾ ਉਹ ਤੁਹਾਨੂੰ ਦੇਖੋ ਕਰਨਾ ਪੈਣਾ ਤੇ ਜਨਰਲ ਡਾਇਰ ਨੇ ਕਿਹਾ ਨਹੀਂ ਫਿਰ ਜਨਰਲ ਕਹਿੰਦਾ ਮੈਂ ਬਹੁਤ ਮਾਫੀ ਚਾਹਨਾ ਬਟ ਆਈ ਕੈਨ ਨਾਟ ਗਿਵ ਅਪ ਸਮੋਕਿੰਗ ਕਹਿੰਦਾ ਮੈਂ ਸਮੋਕਿੰਗ ਨਹੀਂ ਛੱਡ ਸਕਦਾ ਫਿਰ ਅਰੂਰ ਸਿੰਘ ਨੇ ਕਿਹਾ ਵੀ ਵਿਲ ਲੈਟ ਯੂ ਗਿਵ ਇਟ ਅਪ ਗ੍ਰੈਜੂਲੀ ਵੀ ਤੁਸੀਂ ਹੌਲੀ ਹੌਲੀ ਛੱਡ ਦੋਗੇ ਤੇ ਜਨਰਲ ਡਾਇਰ ਕਹਿੰਦਾ ਮੈਂ ਪ੍ਰੋਮਿਸ ਕਰਦਾ ਕਿ ਐਟ ਦਾ ਰੇਟ ਆਫ 1 ਸਿਗਰਟ ਅ ਇਅਰ ਪਹਿਲਾਂ ਤੇ ਗੱਲ ਹੀ ਬਹੁਤ ਅਟਪੜੀ ਲੱਗੀ ਮੈਨੂੰ ਅਨਰਰੀ ਸਿੱਖ ਵਾਲੀ ਚਲੋ ਹੋਣਾ ਇਹ ਗੱਲਬਾਤ ਹੋਈ ਆ ਉਸ ਟਾਈਮ ਜਿਹੜੇ ਸਿੱਖ ਸੀਗੇ ਮੌਜੂਦ ਉਹਨਾਂ ਨੇ ਇਹ ਗੱਲਾਂ ਬਾਤਾਂ ਕੀਤੀਆਂ ਤੇ ਡਾਇਰ ਤੇ ਬ੍ਰਿਕਸ ਉਹਨਾਂ ਨੂੰ ਕਹਿੰਦੇ ਸਿੰਬल्स ਆਫ ਸਿੱਖ ਫੇਰ ਦਿੱਤੇ ਗਏ ਇਨਕਲੂਡਿੰਗ ਦਾ ਟਰਬਨ ਐਂਡ ਕਿਰਪਾਨ ਐਂਡ ਵਰ ਗਿਵਨ ਅ ਸਿਰੋਪਾ ਤਾਂ ਸਰਾਬਾ ਥੈਂਕਡ देम ਸਰਾਬਾ ਕੌਣ ਅਰੂਰ ਸਿੰਘ ਫਾਰ देयर ਪ੍ਰੋਟੈਕਸ਼ਨ ਆਫ ਦਾ ਟੈਂਪਲ ਕਹਿੰਦੇ ਤੁਸੀਂ ਮੰਦਰ ਨੂੰ ਬਚਾ ਲਿਆ ਉਹਨਾਂ ਦੇ ਉਹ ਤੁਸੀਂ ਕਹਿੰਦੇ ਮੰਦਰ ਨੂੰ ਬਚਾ ਲਿਆ ਫਿਊ ਡੇਜ਼ ਲੇਟਰ ਡਾਇਰ ਲੈਫਟ ਅਮ੍ਰਿਤਸਰ ਬਾਉਂਡ ਫਾਰ ਦਾ ਅਫਗਾਨ ਵਾਰ ਦਾ ਲੀਡਿੰਗ ਸਿਕਸ ਆਫ ਦਾ ਸਿਟੀ ਕੇਮ ਟੂ ਆਫਰ ਹਿਮ 10000 ਮੈਨ ਟੂ ਫਾਈਟ ਦਾ ਅਫਗਾਨਸ ਅਫਗਾਨਾਂ ਨੂੰ ਲੜਨ ਜਾ ਰਹੇ ਸੀਗੇ ਤੇ ਸ਼ਹਿਰ ਦੇ ਕੁਝ ਲੋਕ ਆਏ ਕਹਿੰਦੇ ਸਿੱਖ ਲੈ ਕੇ ਆਏ ਆਪਣੇ ਬੰਦੇ ਲੈ ਕੇ ਆਏ ਕਿ ਤੁਸੀਂ ਇਹਨਾਂ ਨੂੰ ਲਾਣ ਲੈ ਜਾਓ ਲੜਾਣ ਲਈ an offer he relate to the government but which were declined there is evident that a shrine were dedicated in his honor at the temple of guru sat sultanee ek inne ke hai eh main ni keha dobare main keh dena eh main ni keha ek inne ke hai eh hai the butcher of amritsar general regnal diary by nigel collat is kitab vich eh keha gaya hai theek hai eh keha gaya is kitab vich eh main tonu padha ta padh le fir the governor of punjab hun gal aan di hai governor of punjab di michael o'dwyre sige utte ta ohi sige thalle sige eh ਉਹਨੇ ਸਪੋਰਟ ਕੀਤਾ ਪੂਰੇ ਪੂਰੇ ਡਾਇਰ ਦੇ ਐਕਸ਼ਨਾਂ ਨੂੰ ਕਹਿੰਦੇ ਓਡਵਾਇਰ ਵਾਸ ਡਿਸਮਿਸਡ ਫਾਰ ਹਿਸ ਐਕਸ਼ਨਸ ਇਨ ਪੰਜਾਬ ਇਨ ਦਾ ਸਬਸੀਕੁਐਂਟ ਇਅਰ ਅਗਲੇ ਸਾਲ ਨੂੰ ਵੀ ਕੱਢਤਾ ਸੀਗਾ ਇਨ ਸਪਾਈਟ ਆਫ ਥਿਸ ਬੋਥ ਓਡਵਾਇਰ ਤੇ ਜਨਰਲ ਡਾਇਰ ਓਡਵਾਇਰ ਕੌਣ ਗਵਰਨਰ ਜਨਰਲ ਡਾਇਰ ਕੌਣ ਜਿਨੇ ਹੱਤਿਆ ਕੀਤੀ ਹੈਡ ਇੰਡੀਅਨ ਐਂਡ ਇੰਗਲਿਸ਼ ਐਡਮਾਇਰਰ ਹਜੇ ਵੀ ਉਹਦੇ ਫੈਨ ਸੀਗੇ ਦੇ ਕਲੈਕਟਿਡ ਮਨੀ ਵਰ 26000 ਯੂਰੋ ਐਂਡ ਪ੍ਰੈਜ਼ੈਂਟਡ ਇਟ ਟੂ ਡਾਇਰ ਭਾਰਤੀ ਤੇ ਗੋਰੇ ਸੀਗੇ ਜਿਹੜੇ ਨਾਲ ਤੇ ਫੈਨ ਸੀਗੇ 26000 ਯੂਰੋ ਉਸ ਟਾਈਮ ਦੀ ਗੱਲ ਹੈ ਇਕੱਠੇ ਕਰਕੇ ਦਿੱਤੇ ਕਿਉਂ ਕਹਿੰਦੇ ਤੈਨੂੰ ਹੁਣ ਨੌਕਰੀ ਤੋਂ ਕੱਢਤਾ ਹੁਣ ਤੂੰ ਕਿੱਦਾਂ ਜੀਏਂਗਾ ਇਹ ਕੰਮਕਾਰ ਕੀਤਾ ਸੀ ਆਪਣੇ ਵਾਲਿਆਂ ਨੇ ਇਹ ਕੰਮਕਾਰ ਹੋਇਆ ਸੀ ਤੇ ਇੱਕ ਥਾਣੀ ਦੋ ਤਿੰਨ ਥਾਣੀ ਬਹੁਤ ਜਗਲ ਦਿੱਤਾ ਹੋਇਆ ਹੈ ਹੋਰ ਸੁਣੋ ਸਿਮਰਨਜੀਤ ਸਿੰਘ ਜੀ ਜੇ ਮਨ ਤਾਂ ਆਪਾਂ ਗੱਲ ਕਿੱਦਾਂ ਕਰੀਏ ਮਹਾਰਾਜਾ ਭੁਪੇਂਦਰ ਸਿੰਘ ਜੀ ਪਟਿਆਲਾ ਵਾਲੇ ਉਹਨਾਂ ਨੇ ਫੁੱਲ ਸਪੋਰਟ ਸੀਗੀ ਰਾਜ ਨੂੰ ਤੇ ਉਹਨਾਂ ਦੀ ਹੀ ਨਹੀਂ ਆਪਾਂ ਗੱਲ ਕਰੀਏ ਤਾਂ 1857 ਤੋਂ ਬਾਅਦ ਜਿੰਨੇ ਵੀ ਰਾਜੇ ਹੋਏ ਉਹਨਾਂ ਦੀ ਸਪੋਰਟ ਰਹੀ ਹੈ ਪੰਜਾਬ ਨੂੰ ਮਤਲਬ ਗੋਰਿਆਂ ਨੂੰ ਤਾਂ ਜਿੰਨੇ ਵੀ ਰੂਲਰ ਸੀਗੇ ਪੰਜਾਬ ਵਿੱਚ ਉਹਨਾਂ ਦੀ ਫੁੱਲ ਸਪੋਰਟ ਰਹੀ ਹੈ ਤਾਂ ਆਬਵੀਅਸਲੀ ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਵੀ ਦਿੱਤੀ ਸੀ ਲੈਫਟਨੈਂਟ ਗਵਰਨਰ ਓਡਵਾਇਰ ਐਕਨੋਲੈਜ ਥਿਸ ਇਨ ਹਿਸ ਆਟੋਬਾਇਓਗ੍ਰਾਫੀ ਓਡਵਾਇਰ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਆਪਣੀ ਆਤਮ ਕਥਾ ਲਿਖੀ ਉਹਦੇ ਵੀ ਦੱਸਿਆ ਉਹਨੇ ਕਿ ਮਹਾਰਾਜਾ ਭੁਪਿੰਦਰ ਸਿੰਘ ਦੀ ਪੂਰੀ ਪੂਰੀ ਸਪੋਰਟ ਸੀਗੀ ਬ੍ਰਿਟਿਸ਼ ਰਾਜ ਨੂੰ ਤਾਂ ਮਹਾਰਾਜਾ ਭੁਪਿੰਦਰ ਸਿੰਘ ਕੱਲਾ ਨਹੀਂ ਸੀਗਾ ਜਿੰਨੇ ਵੀ ਪੰਜਾਬ ਦੇ ਰਾਜੇ ਸੀਗੇ ਕੱਲੇ ਭੁਪਿੰਦਰ ਸਿੰਘ ਦੀ ਗੱਲ ਨਹੀਂ ਜਿੰਨੇ ਵੀ ਪੰਜਾਬ ਦੇ ਰਾਜੇ ਸੀਗੇ ਉਹਨਾਂ ਦੀ ਹਰ ਇੱਕ ਤਰ੍ਹਾਂ ਦੀ ਲਾਇਲਟੀ ਸੀਗੀ ਕਹਿੰਦੇ ਸਰਵਾਈਵ ਲਾਇਲਟੀ ਆਫ ਥਿਸ ਕਾਈਂਡ ਡਿਡ ਨਾਟ டு ਦਾ ਪ੍ਰਿੰਸਲੀ ਆਰਡਰ ਐਨੀ ਗੁੱਡ ਲੇਕਿਨ ਕਹਿੰਦੇ ਇਹੋ ਜੀ ਜਿਹੜੀ ਉਹਨਾਂ ਨੇ ਲਾਇਲਟੀ ਦਿਖਾਈ ਜਣੀ ਉਹਨਾਂ ਨੇ ਵਫਾਦਾਰੀ ਦਿਖਾਈ ਕੋਈ ਫਾਇਦਾ ਫੋਦਾ ਉਹਨਾਂ ਨੂੰ ਹੋਇਆ ਨਹੀਂ ਹੈਨਾ ਫਾਇਦਾ ਫੋਦਾ ਉਹਨਾਂ ਨੂੰ ਹੋਇਆ ਨਹੀਂ ਤਾਂ ਇਹ ਫੋਟੋ ਹੈ ਦੇਖੋ ਜੀ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਜਨਰਲ ਡਾਇਰਨਲ ਇਹ ਫੋਟੋ ਹੈ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਜਨਰ ਰੂਰ ਸਿੰਘ ਨੂੰ ਹੁਣ ਆਬਵੀਅਸਲੀ ਗੱਲ ਹੈ ਤਾਂ ਉਹਨੇ ਜਦੋਂ ਸਰੋਪਾ ਦਿੱਤਾ ਤਾਂ ਉਹਦੇ ਲਈ ਵੀ ਕਾਫੀ ਸਿਕ ਕਮਿਊਨਿਟੀ ਤੋਂ ਵੀ ਪੰਜਾਬ ਤੋਂ ਵੀ ਕਾਫੀ ਜਿਆਦਾ ਉਹ ਹੋਇਆ ਕਿ ਯਾਰ ਕੀ ਕਰ ਰਹੇ ਹੋ ਹੈਨਾ ਤਾਂ ਉਹਨੂੰ ਉਹ ਵੀ ਕੱਢਤਾ ਸੀਗਾ ਉਹਨੇ ਰਿਜ਼ਿਗਨੇਸ਼ਨ ਦਿੱਤਾ ਸੀ ਅਗਲੇ ਸਾਲ ਲੇਕਿਨ ਸਰਕਾਰ ਨੇ ਬ੍ਰਿਟਿਸ਼ ਰਾਜ ਨੇ ਆਬਵੀਅਸਲੀ ਹੋ ਤਾਂ ਤਾਂ ਖਾਸ ਬੰਦਾ ਹੋ ਗਿਆ ਮਤਲਬ ਉਹਦੇ ਬੰਦਿਆਂ ਨੂੰ ਮਾਰਿਆ ਉਹਦੇ ਸ਼ਹਿਰ ਚ ਮਾਰਿਆ ਤੇ ਉਹਨੇ ਗੋਲਡਨ ਟੈਂਪਲ ਬੁਲਾ ਕੇ ਉਹਨੂੰ ਸਰੋਪਾ ਦਿੱਤਾ ਤਾਂ ਸਰਕਾਰ ਨੇ ਕੀ ਕੀਤਾ ਲਾਇਲ ਸਰਵਿਸਿਜ਼ ਲਈ ਉਹਨੂੰ ਨਾਈਟ ਹੁੱਡ ਦਿੱਤਾ ਨਿਊ ਏਅਰ ਡੇ ਆਫ 1921 1921 ਦਾ ਜਿਹੜਾ ਨਵਾਂ ਸਾਲ ਦਾ ਦਿਵਸ ਸੀਗਾ ਉਸ ਦਿਨ ਉਹਨੇ ਉਹਨੂੰ ਨਾਈਟ ਉਹ ਦਿੱਤਾ ਦੱਸੋ ਉਹ ਤਾਂ ਪਹਿਲਾਂ ਵੀ ਉਹਨੂੰ ਮਿਲ ਚੁੱਕਿਆ ਸੀ ਇੱਕ ਸੀਆਈਈ ਐਨ ਹੈ ਕਿ ਕੰਪੈਨੀਅਨ ਆਫ ਦਾ ਇੰਡੀਅਨ Empire 1913 ਵਿੱਚ ਤੇ ਉਹਨੂੰ ਕਿਹਾ ਜਾਂਦਾ ਸੀ ਸਰਦਾਰ ਸਰ ਅਰੂਰ ਸਿੰਘ ਕੇਸੀਆਈਈ ਨਾਈਟ ਕੰਪੈਨੀਅਨ ਆਫ ਦਾ ਇੰਡੀਅਨ Empire ਤੇ ਉਹਦੀ ਡੈਥ ਹੋਈ ਫਿਰ 1926 ਵਿੱਚ ਠੀਕ ਹੈ ਇਹ ਮੈਂ ਨਹੀਂ ਕਿਹਾ ਇਹ 3 4 ਦੇਖੋ ਇਹ ਉਹ ਨੇ ਮੈਨੂੰ ਜਿਹੜੇ ਰੈਫਰੈਂਸ ਲੱਭੇ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਜਾ ਕੇ ਠੀਕ ਹੈ 1 2 3 4 5 ਨੇ ਇਹਨਾਂ ਵਿੱਚ ਤੁਸੀਂ ਪੜ੍ਹ ਸਕਦੇ ਹੋ ਇਹ ਸਭ ਡਾਇਰ ਦੀ ਗੱਲ ਕਰਦੇ ਹੁਣ ਡਾਇਰ ਦੀ ਮੌਤ ਹੋਈ ਜੀ ਸੈਰੀਬਰਲ ਹੈਮਰੇਜ ਕਰਕੇ ਠੀਕ ਹੈ ਬ੍ਰੇਨ ਹੈਮਰੇਜ ਹੋ ਗਈ 1927 ਵਿੱਚ ਹੁਣ ਗੱਲ ਦੇਖੋ ਇੱਕ ਥਾਂ ਉਹ ਸੋਚ ਰਿਹਾ ਕਿ ਮੈਂ ਬਹੁਤ ਵਧੀਆ ਕੀਤਾ ਠੀਕ ਹੈ ਮੈਂ ਬ੍ਰਿਟਿਸ਼ ਰਾਜ ਨੂੰ ਬਤਾਇਆ ਦੂਜੇ ਲੋਕਾਂ ਤੋਂ ਵੈਲੀਡੇਸ਼ਨ ਲੈ ਰਿਹਾ ਮਤਲਬ ਹੁੰਦਾ ਨਾ ਯਾਰ ਮੈਂ ਕੁਝ ਕੀਤਾ ਯਾਰ ਮੈਂ ਠੀਕ ਕੀਤਾ ਕਿ ਨਹੀਂ ਕੀਤਾ ਹੈ ਯਾਰ ਬਦਸ ਯਾਰ ਮੈਂ ਉਹਨਾਂ ਨੂੰ ਮਾਰ ਕੇ ਆ ਠੀਕ ਕੀਤਾ ਮੈਂ ਯਾਰ ਕੋਈ ਕਹਿ ਰਿਹਾ ਠੀਕ ਕੀਤਾ ਕੋਈ ਕਹਿ ਰਿਹਾ ਨਹੀਂ ਠੀਕ ਕੀਤਾ ਜੇ ਤੁਸੋਂ ਨੂੰ ਪਤਾ ਤੁਸੀਂ ਠੀਕ ਕੀਤਾ ਤੁਸੀਂ ਬਾਰ ਬਾਰ ਉਹਦੇ ਬਾਰੇ ਗੱਲ ਨਹੀਂ ਕਰੋਗੇ ਲੇਕਿਨ ਮਰਦੇ ਹੋਏ ਵੀ ਆਪਣੇ ਡੈਥ ਬੈਡ ਤੇ ਵੀ ਉਹ ਕੀ ਕਹਿ ਰਿਹਾ ਕਹਿੰਦੇ ਸੋ ਮੈਨੀ ਪ ਕਹਿੰਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਪਤਾ ਸੀਗਾ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਪਤਾ ਸੀਗਾ ਕਿ ਕੀ ਹਾਲਤ ਹੈ ਅੰਬਰਸਰ ਦੀ ਉਹ ਕਹਿੰਦੇ ਮੈਂ ਬਹੁਤ ਠੀਕ ਕੀਤਾ ਬਟ ਸੋ ਮਨੀ ਅਦਰਸੇ ਆਈ ਡਿਡ ਰੌਂਗ ਬਟ ਹੋਰ ਬਹੁਤ ਸਾਰੇ ਕਹਿੰਦੇ ਨੇ ਕਿ ਮੈਂ ਬਹੁਤ ਗਲਤ ਕੀਤਾ ਆਈ ਓਨਲੀ ਵਾਂਟ ਟੂ ਡਾਈ ਐਂਡ ਨੋ ਫਰੋਮ ਮਾਈ ਮੇਕਰ ਵੈਦਰ ਆਈ ਡਿਡ ਰਾਈਟ অর ਰੌਂਗ ਮਰਦੇ ਦਮ ਤੱਕ ਉਹਦੇ ਦਿਮਾਗ ਵਿੱਚ ਹਜੇ ਵੀ ਇਹ ਚੱਲਦਾ ਰਿਹਾ ਕਿ ਮੈਂ ਸਹੀ ਕੀਤਾ ਕਿ ਮੈਂ ਗਲਤ ਕੀਤਾ ਉਹ ਲਓ ਤੁਸੀਂ ਦੇਖ ਰਹੇ ਸਾਈਕੀ ਕੀ ਹੋ ਰਹੀ ਸੀ ਕੀ ਦਿਮਾਗ ਚੱਲ ਰਿਹਾ ਸੀ ਓਬਵੀਅਸ ਜੀ ਉਹਦੇ ਦਿਮਾਗ ਵਿੱਚ ਵੀ ਹੋਣਾ ਕਿ ਮੈਂ ਸਹੀ ਕੀਤਾ ਗਲਤ ਕੀਤਾ ਪਿੱਛੇ ਜਿਹੜੇ ਆਪਾਂ ਗਲਤ ਕੀ ਗੱਲ ਕੀਤੀ ਹੈ ਜਨਰਲ ਡਾਇਰ ਨਾਲ ਉਹਦਾ ਮੇਜਰ ਗਿਆ ਸੀ ਬ੍ਰਿਕਸ ਕਰਕੇ ਠੀਕ ਹੈ ਬ੍ਰਿਕਸ ਵੀ ਕਹਿੰਦਾ ਕਹਿੰਦਾ ਜਦੋਂ ਉਹਨੇ ਫਾਇਰ ਨੂੰ ਕਿਹਾ ਨਾ ਕਹਿੰਦਾ ਮੈਂ ਫਾਇਰ ਕਰੀ ਗਿਆ ਕਰੀ ਗਿਆ ਮੈਂ ਬਟ ਦੇਖੀ ਗਿਆ ਅੱਖਾਂ ਵੀ ਨਹੀਂ ਮੀਚ ਰਿਹਾ ਹੈ ਕਹਿੰਦਾ ਬੰਦਾ ਦੇਖ ਰਿਹਾ ਗੋਲੀਆਂ ਚੱਲਦੀ ਹੋਈ ਉਹ ਕਿਤਾਬ ਵਿੱਚ ਮੈਂਸ਼ਨਡ ਹੈ ਜਿਹੜੀ ਮੈਂ ਦੱਸੀ ਨਿਗਲ ਕੋਲਟ ਵਾਲੀ ਠੀਕ ਹੈ ਮਰਦੇ ਦਮ ਤੱਕ ਉਹ ਵੈਲੀਡੇਸ਼ਨ ਦੇਖ ਰਿਹਾ ਹੈ ਕਿ ਯਾਰ ਮੈਂ ਠੀਕ ਕੀਤਾ ਮੈਂ ਠੀਕ ਕੀਤਾ ਨਹੀਂ ਕੀਤਾ ਗਲਤ ਕੀਤਾ ਹੋਇਆ ਕੀ ਹੈ ਕਹਿੰਦੇ ਬਹੁਤ ਸਾਰੇ ਲੋਕ ਕਹਿੰਦੇ ਨੇ ਮੈਂ ਬਿਲਕੁਲ ਠੀਕ ਕੀਤਾ ਲੇਕਿਨ ਬਹੁਤ ਸਾਰੇ ਕਹਿੰਦੇ ਮੈਂ ਮਾੜਾ ਕੀਤਾ ਕਿ ਮੈਂ ਆਪਣੇ ਮੇਕਰ ਤੋਂ ਯਾਨੀ ਕਿ ਮੈਂ ਰੱਬ ਤੋਂ ਪੁੱਛਣਾ ਚਾਹੁੰਦਾ ਕਿ ਮੈਂ ਠੀਕ ਕੀਤਾ ਕਿ ਨਹੀਂ ਇੱਕ ਕਾਂਡ ਕੀਤਾ ਉਹਨੇ ਤੇ ਪੂਰੀ ਜ਼ਿੰਦਗੀ ਪਰ ਮਰਦੇ ਦਮ ਤੱਕ ਉਹਦੇ ਦਿਮਾਗ ਵਿੱਚ ਅਖੀਰਲੀ ਸਾਹ ਤੱਕ ਕੀ ਰਿਹਾ ਕਿ ਉਹਨੇ ਠੀਕ ਕੀਤਾ ਜਾਂ ਕਿ ਨਹੀਂ ਇਹ ਹੈ ਕਿਤਾਬ ਜੀ ਨਿਗਲੋ ਕਾਲਜ ਦੀ ਦ ਪੁੱਚਰ ਆਫ ਅਮ੍ਰਿਤਸਰ ਜਨਰਲ ਰੈਜਨਲਡ ਡਾਇਰ ਹੁਣ ਇਹ ਤਾਂ ਹੋ ਗਈ ਮੌਤ ਹੁਣ ਆਪਾਂ ਆ ਜਾਂਦੇ ਆ ਜੀ ਜਨਰਲ ਓਡਵਾਇਰ ਬਾਰੇ ਹੁਣ ਤੁਹਾਨੂੰ ਪਤਾ ਹੈ ਜੀ 13 ਮਾਰਚ 1940 ਇੱਕ 40 ਸਾਲ ਦਾ ਭਾਰਤੀ ਬੰਦਾ ਇੱਕ ਪਰਫੈਕਟ ਇੰਗਲਿਸ਼ ਜੈਂਟਲਮੈਨ ਬਣ ਕੇ ਗਿਆ ਇੱਕ 1.45 ਸਮਿਥਨ ਵੈਸਨ ਦੀ ਰਿਵੋਲਵਰ ਕੱਢੀ ਇੱਕ ਕਿਤਾਬ ਦੇਦਰ ਲੁਕੋਈ ਹੋਈ ਸੀ ਕੈਕਸਟਨ ਹਾਲ ਲੰਡਨ ਵਿੱਚ ਗਿਆ ਤੇ ਕੱਢ ਕੇ ਬੰਦੂਕ 6 ਰਾਉਂਡ ਮਾਰੇ ਇੱਕ ਲੋਕਾਂ ਦਾ ਝੁੰਡ ਸੀਗਾ ਦੋ ਲੱਗੇ 75 ਸਾਲ ਦਾ ਬੰਦਾ ਸੀ ਤੇ ਉਹ ਠਾਹ ਕਰਕੇ ਗਿਰ ਗਿਆ ਰਾਈਟ ਲੰਗ ਤੇ ਲੱਗੇ ਤੇ ਨਾਲ ਦੇ ਨਾਲ ਉਹਦੀ ਡੈਥ ਹੋ ਗਈ ਬੰਦਾ ਕੌਣ ਸੀ ਉਦਮ ਸਿੰਘ सर एम ओ डोयर यानी कि माइकल ओ डोयर मर्डर्ड लॉर्ड लेमिंगटन लॉर्ड एलडेन वुडेड बाय शॉट्स इन क्राउडेड मीटिंग गोलियां मारी ਨਾਲ ਗੋਲੀ ਮਾਰ ਕੇ ਖੜਾ ਹੋ ਗਿਆ ਉਹ ਕਿਉਂਕਿ ਭੱਜਣਾ ਸੀਗਾ ਨਹੀਂ ਫੋਟੋ ਫੋਟੋ ਲਈ ਹਸਰਾ ਨੇ ਕੌਣ ਹੈ ਇਹ ਸਰਦਾਰ ਉਦਮ ਸਿੰਘ ਅਸੈਸਿਨ ਸ਼ੂਟ ਸਪੀਅਰਸ ਨਾਈਟਸ ਇਨ ਲੰਡਨ ਠੀਕ ਹੈ ਟ੍ਰਾਇਲ ਦੇ ਵਿੱਚ ਕੀ ਕਿਹਾ ਜਦੋਂ ਆਬਵੀਅਸ ਹੀ ਗੱਲ ਹੈ ਹੁਣ ਉਹਨੂੰ ਪੁਲਿਸ ਦੇ ਅੱਗੇ ਤਾਂ ਲੈ ਕੇ ਜਾਉਂਗੇ ਹੈ ਨਾ ਪੁਲਿਸ ਦੇ ਅੱਗੇ ਤਾਂ ਲੈ ਕੇ ਜਾਉਂਗੇ ਉਹ ਫਿਰ ਕੀ ਕੇ ਹਕੂਟ ਵਿੱਚ ਕਹਿੰਦੇ ਆਈ ਡਿਡ ਇਟ ਬਿਕੋਜ਼ ਆਈ ਹੈਡ ਅ ਗਰਜ ਅਗੇਂਸਟ ਮਾਈਕਲ ਓਡਵਾਇਰ ਕਿਉਂਕਿ ਓਬਵੀਅਸਲੀ ਗੱਲ ਹੈ ਉੱਤੇ ਮਾਈਕਲ ਓਡਵਾਇਰ ਹੈ ਥੱਲੇ ਜਨਰਲ ਡਾਇਰ ਹੈ ਉਹਨੇ ਉਹਦੀ ਛਾਤਰ ਛਾਇਆ ਹੈ ਉਹਦੇ ਲਈ ਉਹਦੀ ਵਜ੍ਹਾ ਤੋਂ ਹੀ ਉਹ ਹੋਇਆ ਹੁਣ ਜੇ ਇੰਡੀਆ ਵਿੱਚ ਕੁਝ ਹੋ ਉਹ ਨਹੀਂ ਹੋਣਾ ਨਹੀਂ ਚਾਹੀਦਾ ਖੁਦਾ ਨਾ ਕਰਦਾ ਐਗਜ਼ਾਮਪਲ ਦੇ ਰਿਹਾ ਤਾਂ ਪ੍ਰਾਈਮ ਮਿਨਿਸਟਰ ਇਸ ਪ੍ਰਾਈਮ ਮਿਨਿਸਟਰ ਉੱਤੇ ਆਉਂਦਾ ਸਾਰਾ ਦੌਰਮ ਦਰ ਕੀ ਥੋੜੇ ਕਰਕੇ ਹੋਇਆ ਤਾਂ ਹੀ ਡਿਸਰਵਡ ਇਟ ਕਹਿੰਦੇ ਉਹ ਡਿਸਰਵ ਕਰਦਾ ਸੀ ਮਾਈਕਲ ਓਡਵਾਇਰ ਕਿਉਂਕਿ ਜਨਰਲ ਡਾਇਰ ਦੀ ਤਾਂ ਮੌਤ ਹੋ ਗਈ ਸੀ ਮੈਂ ਕਹਿੰ ਬਈ ਨੇ ਦੋਨਾਂ ਨੂੰ ਚੱਕਣਾ ਸੀ ਤਾਂ ਹੀ ਵਾਸ ਦਾ ਰੀਅਲ ਕਲਪਰੇਟ ਕਹਿੰਦੇ ਅਸਲੀ ਗੁਨਾਹਗਰ ਉਹ ਸੀ ਹੀ ਵਾਂਟਡ ਟੂ ਕ੍ਰਸ਼ ਦਾ ਸਪਿਰਿਟ ਆਫ ਮਾਈ ਪੀਪਲ ਸੋ ਆਈ ਹੈਵ ਕ੍ਰਸ਼ਡ ਹਿਮ ਕਹਿੰਦੇ ਉਹਨੇ ਕੋਸ਼ਿਸ਼ ਕੀਤੀ ਮੇਰੇ ਲੋਕਾਂ ਦੇ ਜਿਹੜੇ ਉਮੀਦ ਹੈ ਹੌਸਲਾ ਤੋੜਨ ਦੀ ਮੈਂ ਉਹਨੇ ਹੀ ਤੋੜਤਾ ਫਾਰ ਫੁੱਲ 21 ਇਅਰਸ ਆਈ ਹੈਵ ਬੀਨ ਟ੍ਰਾਈਂਗ ਟੂ ਰੀਕ ਵੈਂਜੈਂਸ ਕਹਿੰਦੇ ਪਿਛਲੇ 21 ਸਾਲਾਂ ਤੋਂ ਕਹਿੰਦੇ ਮੈਂ ਇਹੀ ਦੇਖ ਕਰੀ ਜਾ ਰਿਹਾ ਇੰਤਜ਼ਾਰ ਕਰ ਰਿਹਾ ਸੀ ਕਿ ਮੈਂ ਕਦੋਂ ਇਹਨੂੰ ਮਾਰਾਂ ਆਈ ਐਮ ਹੈਪੀ ਥੈਟ ਆਈ ਹੈਵ ਡਨ ਦਾ ਜੌਬ ਆਈ ਐਮ ਨਾਟ ਸਕੇਅਰਡ ਆਫ ਡੈਥ ਕਹਿੰਦੇ ਮੈਂ ਖੁਸ਼ ਹਾਂ ਮੈਂ ਕੰਮ ਕਰਤਾ ਮੌਤ ਤੋਂ ਮੈਨੂੰ ਡਰ ਨਹੀਂ ਲੱਗਦਾ ਆਈ ਐਮ ਡਾਈਂਗ ਫਾਰ ਮਾਈ ਕੰਟਰੀ ਆਈ ਹੈਵ ਸੀਨ ਮਾਈ ਪੀਪਲ ਸਟਾਰਵਿੰਗ ਇਨ ਇੰਡੀਆ ਅੰਡਰ ਦਾ ਬ੍ਰਿਟਿਸ਼ ਰੂਲ ਕਹਿੰਦਾ ਮੈਂ ਆਪਣੇ ਦੇਸ਼ ਲਈ ਮਰ ਰਿਹਾ ਮੈਂ ਦੇਖਿਆ ਆਪਣੇ ਲੋਕਾਂ ਨੂੰ ਵੀ ਕਿੰਦਾ ਭੁੱਖ ਮਰੀ ਤੋਂ ਮਰ ਰਹੇ ਨੇ ਕਿਹਦੇ ਕਰਕੇ ਥੋੜੀ ਸਰਕਾਰ ਕਰਕੇ ਇਹਨੇ ਵਰਗਾ ਕਰਕੇ ਜਨਰਲ ਓਡਵਾਇਰ ਵਰਗਾ ਕਰਕੇ I have protested against this it was my duty kehnde main pura protest kita main pura virodh kita mera eh farz si ਵਾਟ ਗ੍ਰੇਟਰ ਆਨਰ ਕੁਡ ਬੀ ਬੀਸਟੋਡ ਔਨ ਮੀ ਦੈਨ ਡੈਥ ਫਾਰ ਦਾ ਸੇਕ ਆਫ ਮਾਈ ਮਦਰਲੈਂਡ ਕਹਿੰਦੇ ਇਹ ਤੋਂ ਵਧੀਆ ਆਨਰ ਇਹ ਤੋਂ ਵਧੀਆ ਇੱਜ਼ਤ ਮੇਰੇ ਲਈ ਕੀ ਹੋ ਸਕਦੀ ਹੈ ਕਿ ਮੈਂ ਆਪਣੇ ਦੇਸ਼ ਲਈ ਮਰਿਆ ਕੌਣ ਹੈ ਇਹ ਸਰਦਾਰ ਉਦਮ ਸਿੰਘ ਹੱਸ ਰਹੇ ਹੈ ਠੀਕ ਹੈ ਹੱਸ ਰਹੇ ਹੈ ਇੰਨਾ ਕੁਝ ਹੋਇਆ ਠੀਕ ਹੈ ਹੁਣ ਮੈਂ ਤੁਹਾਨੂੰ ਇਹ ਪੂਰੀ ਸਟੋਰੀ ਕਿਉਂ ਦੱਸੀ ਮੈਂ ਸਿਰਫ ਜਲੀਆਵਾਲੇ ਬਾਗ ਬਾਰੇ ਦੱਸੀ ਸੀ ਕਿ ਜਲੀਆਵਾਲੇ ਬਾਗ ਜਿਹੜਾ ਹੋਇਆ ਸੀ ਉਹਦੇ ਪਿੱਛੇ ਸਾਰਾ ਕੁਝ ਇਹ ਸੀ ਤੇ ਉਹਨੂੰ ਡਿਫੈਂਡ ਕਰਨ ਲਈ ਮਾਨ ਸਾਹਿਬ ਕੀ ਕਹਿ ਰਹੇ ਨੇ ਮਾਨ ਸਾਹਿਬ ਕਹਿ ਰਹੇ ਨੇ ਕਿ ਅੰਬਰਸਰ ਉੱਤੇ ਬੌਮਬਿੰਗ ਹੋਣ ਵਾਲੀ ਸੀ ਤਾਂ ਕਰਕੇ ਤਾਂ ਕਰਕੇ ਉਹਨਾਂ ਦੇ ਜਿਹੜੇ ਨਾਨਾ ਜੀ ਸੀਗੇ ਨਾਨਾ ਸੀ ਉਹਨਾਂ ਦਾ ਅਰੂਰ ਸਿੰਘ ਉਹਨੇ ਤਾਂ ਕਰਕੇ ਉਹਨਾਂ ਨੂੰ ਸਰੂਪਾ ਦਿੱਤਾ ਸੀ ਉਹਨੂੰ ਆਨਰ ਕੀਤਾ ਸੀ ਹੁਣ ਤੁਸੀਂ ਦੱਸੋ ਮੈਨੂੰ ਠੀਕ ਹੈ ਕਿ ਨਹੀਂ ਹੈ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਕਿੱਥੇ ਤੱਕ ਠੀਕ ਹੈ ਭਗਤ ਸਿੰਘ ਨੂੰ ਜੌਨ ਸੌਂਡਰ ਤੇ ਮੌਤ ਲਈ ਅੱਤਵਾਦੀ ਕਹਿਣਾ ਇੱਕ ਜਿਹੜਾ ਅੰਮ੍ਰਿਤਸਰੀ ਸਿੱਖ ਦੀ ਡੈਥ ਹੋਈ ਪੁਲਿਸ ਕਨਸਟੇਬਲ ਦੀ ਉਹ ਬਹੁਤ ਵੱੰਤ ਭਾਗੀ ਘਟਨਾ ਹੈ ਲੇਕਿਨ ਭਗਤ ਸਿੰਘ ਨੂੰ 올ਓਵਰ ਅਤਵਾਦੀ ਕਹਿਣਾ ਜਲਿਆਂਵਾਲਾ ਬਾਗ ਨੂੰ ਕਹਿੰਦੇ ਕਿ ਬੌਮਬਿੰਗ ਹੋਣੀ ਸੀਗੀ ਤਾਂ ਕਰਕੇ ਉਹਨੂੰ ਸਰੋਪਾ ਦਿੱਤਾ ਗਿਆ ਸੀ ਉਹ ਤੁਸੀਂ ਮੈਨੂੰ ਦੱਸਿਓ ਕਮੈਂਟਾਂ ਵੀ ਦੱਸਿਓ ਕਿੱਥੇ ਤੱਕ ਠੀਕ ਹੈ ਤੁਹਾਡਾ ਕੀ ਵਿਚਾਰ ਹੈ ਇਹਦੇ ਉੱਤੇ ਜੇ ਵਧੀਆ ਗੱਲ ਲੱਗੀ ਇੱਕ ਵਾਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਗੇ ਇਹੋ ਜੀ ਆਪਾਂ ਹੋਰ ਵੀਡੀਓਜ਼ ਕੋਈ ਵੀ ਮੁੱਦੇ ਤੇ ਆਪਾਂ ਲਿਆਉਂਦੇ ਰਹਾਂਗੇ ਠੀਕ ਹੈ ਚਲੋ ਥਿਸ ਇਸ ਮੈਂ ਗਗਨਦੀਪ ਸਿੰਘ ਸਾਈਨਿੰਗ ਆਫ ਕੋਈ ਪੇਪਰ ਦੀ ਤਿਆਰੀ ਕਰ ਰਹੇ ਪੰਜਾਬ ਦੇ ਪੰਜਾਬੀ ਵਿੱਚ ਪੜਨਾ ਹੈ ਤਾਂ ਕਰੰਟ ਅਫੇਅਰਸ 8 ਵਜੇ ਤੁਸੀਂ ਆ ਸਕਦੇ ਹੋ ਕੋਈ ਪੇਪਰ ਹੋਵੇ ਪੀਪੀਐਸਸੀ ਦੇ ਹੋਣ ਭਾਵੇਂ ਪੀ ਟ੍ਰਿਪਲ ਐਸਪੀ ਦੇ ਹੋਣ ਤੁਹਾਡਾ ਕੋਈ ਬੱਚਾ ਕੋਈ ਵੀ ਪੜ ਰਿਹਾ ਹੋਵੇ ਆ ਸਕਦਾ ਹੈ 8 ਵਜੇ ਕਰੰਟ ਅਫੇਅਰ ਸਤਿ ਸ਼੍ਰੀ ਅਕਾਲ 올 द बेस्ट ਬਾਏ ਬਾਏ